ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ 'ਚ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਕਰਕੇ ਲਾਸ਼ ਨੂੰ ਟਰਾਲੀ ਵਿੱਚ ਸੁੱਟ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਮਾਮਲੇ ਨੂੰ ਸੁਲਝਾਉਣ ਲਈ ਫੋਰੈਂਸਿਕ ਟੀਮ ਦੀ ਮਦਦ ਵੀ ਲਈ ਜਾ ਰਹੀ ਹੈ। ਅੱਜ ਥਾਣਾ ਗੋਬਿੰਦਗੜ੍ਹ ਮੈਸੇਜ ਆਇਆ 3:15 ਵੀ ਇੱਥੇ ਜਸਰਾ ਪਿੰਡ 'ਚ ਕੋਈ ਬੰਦਾ ਮਰਿਆ ਅਤੇ ਉਹ ਆ ਕੇ ਦੇਖਿਆ ਇਹ ਸੰਜੇ ਨਾਂ ਦਾ ਬੰਦਾ ਹੈਗਾ ਮਰਨ ਵਾਲਾ ਅਤੇ ਮਨਜੀਤ ਸਿੰਘ ਦੇ ਇਹ ਨੌਕਰ ਸੀ ਅਤੇ ਪਿਛਲੇ 7-8 ਮਹੀਨੇ ਤੋਂ ਇਹਦੇ ਨੌਕਰੀ ਕਰਦਾ ਸੀ ਅਤੇ ਅੱਗੇ ਟਰੇਸ ਕਰਦੇ ਹਾਂ ਵੀ ਕੀ ਹੈਗਾ ਕਿੱਦਾਂ ਮਰਡਰ ਹੋਇਆ ਇਹਨਾਂ ਤੱਥਾਂ ਨੂੰ ਸਾਰਿਆਂ ਨੂੰ ਚੈੱਕ ਕਰਕੇ ਫਿਰ ਕਿਸੇ ਨਤੀਜੇ 'ਤੇ ਪਹੁੰਚਾਂਗੇ। ਮੁੱਢਲੀ ਪੜਤਾਲ 'ਚ ਕੀ ਪਤਾ ਲੱਗਿਆ ਵੀ ਇਹ ਕਤਲ ਹੈ ਜਾਂ ਕੋਈ ਜਿਸ ਤਰ੍ਹਾਂ ਇਹਨੂੰ ਆਤਮ ਹੱਤਿਆ ਦਾ ਰੂਪ ਦਿੱਤਾ ਜਾ ਰਿਹਾ ਵੀ ਆਤਮ ਹੱਤਿਆ ਜਾਂ ਕਤਲ ਹੈ ਡਾਕਟਰ ਦੀ ਰਿਪੋਰਟ ਤੋਂ ਬਾਅਦ? ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੂ, ਹਾਲੇ ਤੱਕ ਮਤਲਬ ਇਹ ਆ ਵੀ ਸਾਡੇ ਵੈਰੀਫਾਈ ਕਰ ਰਹੇ ਹਾਂ ਕੀ ਹੈ, ਸਾਰੀ ਕੜੀ ਨਾਲ ਕੜੀ ਜੋੜ ਕੇ ਤਫਤੀਸ਼ ਕਰ ਰਹੇ ਹਾਂ। ਬਾਕੀ ਡਾਕਟਰ ਦੀ ਰਿਪੋਰਟ ਤੋਂ ਬਾਅਦ ਜਿਹੜੀ ਵੀ ਹੈਗੀ ਫਾਈਂਡਿੰਗ ਅਸੀਂ ਦੱਸਾਂਗੇ। ਇਸ ਮਾਮਲੇ 'ਚ ਕਿਸੇ ਨੂੰ ਹਾਲੇ ਹਿਰਾਸਤ 'ਚ ਲਿਆ ਗਿਆ? ਨਹੀਂ, ਹਾਲੇ ਅਸੀਂ ਕੁਛ ਨਹੀਂ, ਹਾਲੇ ਤਾਂ ਚੈੱਕ ਕਰ ਰਹੇ ਹਾਂ, ਮੌਕਾ ਹੋਇਆ ਪੁੱਛਗਿੱਛ ਜਾ ਰਹੀ ਹੈ, ਲੀਗਲ 'ਤੇ ਘਰੇ ਪੁੱਛਗਿੱਛ ਕਰ ਰਹੇ ਹਾਂ, ਬਾਕੀ ਚੈੱਕ ਕਰਦੇ ਹਾਂ ਜੋ ਨਤੀਜੇ ਆਉਣਗੇ ਤੁਹਾਡੇ ਸਾਹਮਣੇ ਆਉਣਗੇ। ਧੰਨਵਾਦ। ਠੀਕ।